तो क्या हाल चाल है फ्रेंड्स। तो चलिए सबसे पहले तो अभी हम लोग बात कर लें अलवेश यादव के केस के बारे में, जिसमें कि अलवेश यादव को अरेस्ट कर लिया गया। शायद से आपको पता होगा ना, स्नेक रेप वाला केस। और भाई मैंने आपको कुछ दिनों पहले बताया था ना कि अलवेश यादव के फ्रेंड विनय यादव ने हमारे साथ एक वीडियो बना के शेयर करी थी, जिसमें कि उन्होंने बताया था कि अलवेश यादव अभी जेल के अंदर क्या कर रहे हैं। तो भाई अभी एक वीडियो निकल के आ रही है जिसमें कि भाई विनय यादव को भी अरेस्ट कर लिया गया। सबसे पहले तो वो आप देखिए ना, सप्लाई करने के पूरे मामले में विनय विनय क्या कहना चाहेंगे? गिरफ्तारियां हो चुकी है अभी और विनय यादव को क्यों अरेस्ट किया गया, इसके बारे में भी एक पुलिस वाले अपने इंटरव्यू में बताते हैं ना, वो आप देखिए। मुकदमा अपराध संख्या 461/23, जिसमें कुछ दिनों पहले अलवेश यादव की गिरफ्तारी हुई थी, उसी संदर्भ में आज दो अन्य लोगों की गिरफ्तारी हुई है। इनका नाम ईश्वर और विनय है। ईश्वर राहुल सपेरा के साथ लगातार कांटेक्ट में रहता था और उनकी मुलाकात भी होती रहती थी। ईश्वर का बैंक्वेट हॉल है और टेंट का काम है, जहां पर वो सांपों को बुलाता था और सांपों के जहर को बुलाता था। विनय अलवेश यादव का खास दोस्त है और अक्सर ही वो साथ में उसके रहता है। ईश्वर की विनय से खास दोस्ती थी और दोनों आपस में काफी बात करते थे और एक दूसरे के साथ इन लोगों का बिजनेस लिंकअप भी था। विनय यादव ईश्वर के द्वारा इन सब की पार्टियां कराता था और अलवेश विनय का इस्तेमाल करता था इन सारी पार्टियों को कराने के लिए। दोनों लोगों को न्यायिक हिरासत में लिया गया है और अन्य विधिक कार्रवाई प्रस्तुत है। तो चलिए भाई अभी हम लोग बात कर लें नेक्स्ट अपडेट की। तो गाइस नेक्स्ट अपडेट है सिद्धू मूसेवाला के फादर एंड मदर के बारे में। सिद्धू मूसेवाला के फादर एंड मदर ने एक बेबी को बर्थ दिया है ना IVF के हेल्प से। तो भाई सिद्धू मूसेवाला के फादर के ऊपर कुछ एलिगेशंस लगाए जा रहे हैं ना इस चीज पर। सिद्धू मूसेवाले के फादर हमारे साथ एक वीडियो भी शेयर करे ना, वो वाली वीडियो आप देखिए। समूह पंजाबियों प्यार सत्कार भरी सत श्री अकाल। अज तुहाडे सामने खून का मेरा एक ही कारण है, जिवें तुहानू सारयां नू पता है ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਦੇ ਸਦਕਾ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ 'ਤੇ ਮਿਹਰ ਕੀਤੀ, ਆਪਾਂ ਨੂੰ ਸ਼ੁਭ ਦੀਪ ਵਾਪਸ ਕੀਤਾ। ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ, ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ, ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਣ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ CM ਸਾਹਿਬ ਨੂੰ, ਵੀ ਕਿਰਪਾ ਕਰਕੇ ਤੁਸੀਂ ਇਸ ਗੱਲ 'ਤੇ ਤਾਂ ਥੋੜ੍ਹਾ ਜਿਹਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ। ਮੈਂ ਇੱਥੋਂ ਦਾ ਰਹਿਣ ਵਾਲਾ, ਮੈਂ ਇੱਥੇ ਹੀ ਰਹੂੰਗਾ, ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗੇ, ਮੈਂ ਹਰ ਜਗ੍ਹਾ 'ਤੇ ਪਹੁੰਚੂੰਗਾ। ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ। ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿੰਦਾ, ਕਿਉਂਕਿ ਮੈਂ ਦੁਖੀ ਬਹੁਤ ਹਾਂ ਜਾਂ, ਕਿਉਂਕਿ ਤੁਹਾਡੀ ਇੱਕ ਆਦਤ ਹੈ, ਤੁਸੀਂ ਹਰ ਇੱਕ ਗੱਲ ਤੋਂ ਯੂ ਟਰਨ ਲੈਂਦੇ ਹੋ। ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ, ਤੁਹਾਡੇ ਜਿਹੜੇ ਪਾਛੂ ਨੇ, ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਅਤੇ ਫਿਰ ਉੱਥੋਂ ਉਸ ਫੈਸਲੇ 'ਤੇ ਰੋਕਿਆ ਨਹੀਂ ਜਾਂਦਾ। ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿੰਦਾ, ਤੁਸੀਂ ਜੇ ਹੱਥ ਪਾਓਗੇ ਸਮਾਰ ਕੇ ਪਾਇਓ, ਠੀਕ ਹੈ। ਮੈਂ ਯੂ ਟਰਨ ਲੈਣ ਵਾਲਿਆਂ 'ਚੋਂ ਨਹੀਂ, ਮੈਂ ਜਾਨ ਦੇ ਸਕਦਾ, ਮੈਂ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ। ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ, ਮੇਰੇ
ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਉਂ। ਮੈਂ ਇੱਕ ਸਾਬਕਾ ਫੌਜੀ ਹਾਂ, ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ, ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ 'ਤੇ ਖਰਾ ਉਤਰੂੰਗਾ। ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਅਗਰ ਮੈਂ ਕੀਤੀ ਹੋਈ ਮੈਨੂੰ ਫੜ ਕੇ ਜੇਲ੍ਹ 'ਚ ਪਾ ਦਿਉ। ਅਗਰ ਤੁਹਾਨੂੰ ਫਿਰ ਵੀ ਮੇਰੇ 'ਤੇ ਵਿਸ਼ਵਾਸ ਨਹੀਂ, ਪਹਿਲਾਂ ਮੇਰੇ 'ਤੇ FIR ਕੱਟੋ, ਫੜ ਕੇ ਮੈਨੂੰ ਅੰਦਰ ਦਿਓ, ਫਿਰ ਇਨਵੈਸਟੀਗੇਸ਼ਨ ਕਰੋ। ਅਤੇ ਮੈਂ ਆਪਣੇ ਸਵੈ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇੱਥੋਂ ਸਾਫ਼ ਵਾਰੀ ਨਿਕਲ ਕੇ ਦਿਖਾਉਂ। ਹਾਂ ਭਾਈ, ਅੱਜ ਕੀ ਵੀਡੀਓ ਯਹੀਂ ਪੈਂਡ ਹੋਤੀ ਹੈ। ਅਗਰ ਆਪਕੋ ਵੀਡੀਓ ਥੋੜੀ ਸੀ ਵੀ ਅੱਛੀ ਲੱਗੀ ਹੋ ਤੋ ਵੀਡੀਓ ਕੋ ਲਈ ਇੱਕ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਔਰ ਯਹਾਂ ਪੇ ਆਪਕੋ ਐਸੀ ਯੂਟਿਊਬ ਕਮਿਊਨਿਟੀ ਕੇ ਬਾਰੇ ਮੇਂ ਅਪਡੇਟ ਮਿਲਤੇ ਰਹਤੀ ਹੈ ਨਾ। ਤੋ ਟੇਕ ਕੇਅਰ ਐਂਡ ਬਾਏ ਬਾਏ।